ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰਪ੍ਰਸਾਦ ਚਰਪਟ ਛੰਦ ਤਵੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਵੰ ਦਾਤਾ ਸਰਵੰ ਗਿਆਤਾ ਸਰਵੰ ਭਾਨੇ ਸਰਵੰ ਮਾਨੇ ਸਰਵੰ ਪ੍ਰਾਣੰ ਸਰਵੰ ਤ੍ਰਾਣੰ ਸਰਵੰ ਭੁਗਤਾ ਸਰਵੰ ਜੁਗਤਾ ਸਰਵੰ ਦੇਵੰ ਸਰਵੰ ਭੇਵੰ ਸਰਵੰ ਕਾਲੇ ਸਰਵੰ ਪਾਲੇ। ਸਤਿਗੁਰੂ ਜੀ ਦੇ ਸਾਜੇ ਨਵਾਜੇ ਗੁਰੂ ਪਿਆਰੇ ਦਰਸ਼ਕ ਸੱਜਣੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਾਵਨ ਰਚਨਾ ਜਾਪ ਸਾਹਿਬ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ। ਅੱਜ ਅਸੀਂ ਚਰਪਟ ਛੰਦ ਦੀ ਵਿਚਾਰ ਕਰ ਰਹੇ ਹਾਂ, ਜਿਹਦੇ ਵਿੱਚ 74 ਤੋਂ ਲੈ ਕੇ 78 ਤੱਕ ਇਹਨਾਂ ਪੰਜ ਪਦਾਂ ਦੀ ਵਿਚਾਰ ਹੈ। ਸਤਿਗੁਰਾਂ ਨੇ ਪਰਮੇਸ਼ੁਰ ਦੇ ਕਿਰਤਮ ਨਾਮਾਂ ਦਾ ਬਿਆਨ ਇਸ ਬਾਣੀ ਵਿੱਚ ਕੀਤਾ ਹੈ ਔਰ ਇਹ ਨਾਮ ਬੜੇ ਹੀ ਵਿਲੱਖਣ ਹਨ, ਬੜੇ ਹੀ ਵਿਚਿੱਤਰ ਹਨ। ਖਾਸ ਕਰਕੇ ਇਹ ਨਾਮ ਵਿਰੋਧੀ ਗੁਣਾਂ ਵਾਲੇ ਹਨ, ਪਰਸਪਰ ਵਿਰੋਧੀ ਗੁਣ ਹਨ, ਪਰ ਫਿਰ ਵੀ ਇਹ ਪਰਮੇਸ਼ੁਰ ਇੱਕੋ ਪਰਮੇਸ਼ੁਰ ਦੇ ਗੁਣ ਹਨ। ਇਸੇ ਕਰਕੇ ਉਹ ਵਾਹਿਗੁਰੂ ਅਕਾਲ ਪੁਰਖ ਸਾਰੇ ਸੰਸਾਰ ਤੋਂ ਨਿਆਰਾ ਹੈ। ਤਾਂ ਪਾਤਸ਼ਾਹ ਫਰਮਾਉਂਦੇ ਹਨ, ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ। ਅੰਮ੍ਰਿਤ ਕਰਮੇ ਅੰਮ੍ਰਿਤ ਭਾਵ ਅਟਲ, ਸਦਾ ਕਾਇਮ ਰਹਿਣ ਵਾਲੇ ਉਸ ਵਾਹਿਗੁਰੂ ਦੇ ਅਕਾਲ ਪੁਰਖ ਦੇ ਕਰਮ ਹਨ, ਉਹਦੀ ਰਚਨਾ ਹੈ। ਔਰ ਅੰਮ੍ਰਿਤ ਦਾ ਭਾਵ ਹੈ ਅਰੋਕ, ਐਸੇ ਨਿਯਮ ਪਰਮੇਸ਼ੁਰ ਨੇ ਬਣਾਏ ਹਨ ਅਨਚੈਕਡ, ਜਿਨ੍ਹਾਂ ਨੂੰ ਕੋਈ ਰੋਕ ਨਹੀਂ ਸਕਦਾ, ਜਿਨ੍ਹਾਂ 'ਚ ਕੋਈ ਰੁਕਾਵਟ ਨਹੀਂ ਪਾ ਸਕਦਾ। ਉਹ ਸਦੀਵ ਕਾਲ ਲਈ ਉਹ ਨਿਯਮ ਸੰਸਾਰ ਉੱਤੇ ਹਾਵੀ ਹੁੰਦੇ ਹਨ। ਅਖਲ ਜੋਗੇ, ਅਖਲ ਸਾਰਾ ਸੰਸਾਰ ਅਤੇ ਸਾਰੇ ਸੰਸਾਰ ਦੇ ਨਾਲ ਉਹ ਪਰਮੇਸ਼ੁਰ ਮਿਲਿਆ ਹੋਇਆ, ਜੋਗ ਮਿਲਣਾ, ਜੋਗੇ ਸਭ ਨਾਲ ਮਿਲਿਆ ਹੋਇਆ। ਪਰ ਦੂਜੇ ਪਾਸੇ ਅਚਲ ਭੋਗੇ, ਅਚਲ ਸਦਾ ਕਾਇਮ ਰਹਿਣ ਵਾਲਾ ਉਹਦਾ ਭੋਗ ਰਾਜ ਹੈ, ਸਾਰੇ ਸੰਸਾਰ ਉੱਤੇ ਹਮੇਸ਼ਾ ਹੀ ਉਹਦਾ ਰਾਜ ਕਾਇਮ ਹੈ। ਤੋ ਐਸੇ ਗੁਣਾਂ ਵਾਲਾ ਵਾਹਿਗੁਰੂ ਅਕਾਲ ਪੁਰਖ ਹੈ, ਜਿਹਦੇ ਬਾਰੇ ਸਤਿਗੁਰਾਂ ਨੇ ਆਸਾ ਦੀ ਵਾਰ ਵਿੱਚ ਫਰਮਾਇਆ, ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ ਸੱਚੇ ਆਕਾਰ। ਅੰਮ੍ਰਿਤ ਕਰਮੇ, ਕਿ ਉਹਦੇ ਕਰਮ ਹਮੇਸ਼ਾ ਲਈ ਹਨ, ਉਹਦੀ ਰਚਨਾ ਦੇ ਵਿੱਚ ਜਿਹੜੇ ਕਰਮ ਲਾਗੂ ਹੁੰਦੇ ਹਨ, ਉਸ ਦੇ ਬਣਾਏ ਹੋਏ ਖੰਡ ਵੀ, ਬ੍ਰਹਿਮੰਡ ਵੀ, ਲੋਕ ਵੀ, ਔਰ ਆਕਾਰ ਵਾਲੀਆਂ ਫੋਰਮਸ ਐਂਡ ਸ਼ੇਪਸ ਵਾਲੀਆਂ ਸਾਰੀਆਂ ਪਦਾਰਥਕ ਵਸਤੂਆਂ ਜੋ ਉਹਨੇ ਬਣਾਈਆਂ, ਉਹ ਸਭ ਸੱਚੀਆਂ ਹਨ। ਸੱਚੇ ਤੇਰੇ ਕਰਨੇ ਸਰਬ ਵਿਚਾਰ, ਜੋ ਵੀ ਉਸਨੇ ਕੀਤਾ ਉਹ ਸੱਚਾ ਹੈ। ਔਰ ਉਹਨਾਂ ਬਾਰੇ ਅਸੀਂ ਵਿਚਾਰਾਂ ਕਰੀਏ, ਜਿਉਂ ਜਿਉਂ ਵਿਚਾਰਾਂ ਕਰੀਏ ਤਿਉਂ ਤਿਉਂ ਸੱਚ ਸਾਨੂੰ ਦ੍ਰਿੜ ਹੁੰਦਾ। ਸੱਚਾ ਤੇਰਾ ਅਮਰ ਸੱਚਾ ਦੀਵਾਨ, ਸੱਚਾ ਤੇਰਾ ਹੁਕਮ ਸੱਚਾ ਫੁਰਮਾਨ। ਉੱਪਰ ਸ਼ਬਦ ਆਇਆ ਹੈ ਅੰਮ੍ਰਿਤ ਧਰਮੇ, ਨਿਯਮ। ਤਾਂ ਨਿਯਮ ਜਿਹੜਾ ਹੈ ਉਹਦਾ ਹੁਕਮ ਹੈ, ਉਸਨੂੰ ਇੱਥੇ ਅਮਰ ਕਹਿੰਦੇ ਹਨ ਪਾਤਸ਼ਾਹ। ਔਰ ਉਸ ਹੁਕਮ ਦੇਣ ਵਾਲੇ ਦਾ ਇੱਕ ਦਰਬਾਰ ਹੈ ਦੀਵਾਨ, ਤੇਰੇ ਸੱਚੇ ਦਰਬਾਰ ਵਿੱਚੋਂ ਤੇਰਾ ਸੱਚਾ ਹੁਕਮ ਹਰ ਵੇਲੇ ਸੰਸਾਰ ਉੱਤੇ ਲਾਗੂ ਹੋ ਰਿਹਾ ਹੈ। ਔਰ ਇਸੇ ਤਰ੍ਹਾਂ ਤੇਰਾ ਹੁਕਮ ਔਰ ਤੇਰਾ ਫੁਰਮਾਨ ਸਭ ਸੱਚਾ ਹੈ। ਸੋ ਭਾਵੇਂ ਇਹ ਜਾਪ ਸਾਹਿਬ ਬਾਣੀ, ਇਹਦੀ ਬੋਲੀ ਬ੍ਰਜ ਭਾਸ਼ਾ ਹੈ ਔਰ ਇਹਦੇ ਛੰਤਾਂ ਦੀ ਬਣਤਰ ਵੀ ਵੱਖਰੀ ਹੈ, ਪਰ ਫਿਰ ਵੀ ਇਹ ਸਾਰੀ ਦੀ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਨਿਯਮਾਂ ਅਨੁਸਾਰ ਹੈ। ਜੋ ਵਾਹਿਗੁਰੂ ਦੀ ਉਸਤਤ ਹੈ ਉਹ ਸਭ ਗੁਰਬਾਣੀ ਅਨੁਸਾਰ ਹੀ ਹੈ। ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਕ ਕਰਮੰ। ਅਚਲ ਰਾਜੇ, ਅਚਲ
ਜੋ ਚਲਾਏ ਮਾਨ ਨਹੀਂ ਨਾਸ਼ ਮਾਨ ਨਹੀਂ ਉਸ ਵਾਹਿਗੁਰੂ ਦਾ ਰਾਜ ਸਦਾ ਲਈ ਕਾਇਮ ਹੈ ਉਹ ਚਲਾਏ ਮਾਨ ਨਹੀਂ ਹੈ ਸੰਸਾਰ ਦੇ ਰਾਜੇ ਭਗਤ ਕਬੀਰ ਜੀ ਦੇ ਕਥਨ ਅਨੁਸਾਰ ਕੋਈ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਵਿਹਾ ਜਾ ਕਿ ਵਾਹਿਗੁਰੂ ਅਕਾਲ ਪੁਰਖ ਹੀ ਸੱਚਾ ਰਾਜਾ ਹੈ ਜਿਹਦਾ ਰਾਜ ਅਚਲ ਹੈ ਅਟਲ ਹੈ ਇਹ ਸੰਸਾਰ ਦੇ ਰਾਜੇ ਚਾਰ ਦਿਨਾਂ ਦੇ ਰਾਜੇ ਹਨ ਇਹਨਾਂ ਦਾ ਰਾਜ ਪਲਟ ਜਾਂਦਾ ਹੈ ਫਿਰ ਇਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਔਰ ਉਹਦੀ ਰਚਨਾ ਸਾਜੇ ਜੋ ਸਜਾਵਟ ਹੈ ਉਹਦੀ ਰਚਨਾ ਹੈ ਉਹ ਵੀ ਸਦਾ ਲਈ ਕਾਇਮ ਹੈ ਕਿਸੇ ਨਾ ਕਿਸੇ ਰੂਪ ਵਿੱਚ ਉਹਦੀ ਰਚਨਾ ਹਮੇਸ਼ਾ ਕਾਇਮ ਰਹਿੰਦੀ ਹੈ ਇਹ ਠੀਕ ਹੈ ਕਿ ਲਗਾਤਾਰ ਸੰਯੋਗ ਵਿਯੋਗ ਦੀ ਕਿਰਿਆ ਚੱਲ ਰਹੀ ਹੈ ਸੰਸਾਰ ਵਿੱਚ ਸਾਡੀਆਂ ਨਜ਼ਰਾਂ ਵਿੱਚ ਕਈ ਚੀਜ਼ਾਂ ਖਤਮ ਹੋ ਜਾਂਦੀਆਂ ਕਈ ਚੀਜ਼ਾਂ ਪੈਦਾ ਹੁੰਦੀਆਂ ਪਰ ਵਾਹਿਗੁਰੂ ਅਕਾਲ ਪੁਰਖ ਦੀ ਜੋ ਰਚਨਾ ਹੈ ਨਿਰੰਤਰ ਉਹ ਚੱਲਦੀ ਪਈ ਹੈ ਸਿਰਫ ਉੱਪਰਲੇ ਰੂਪ ਬਦਲਦੇ ਹਨ ਵਿੱਚੋਂ ਜੋ ਹੈ ਉਹਦੀ ਰਚਨਾ ਦੀ ਪ੍ਰਕਿਰਿਆ ਹਮੇਸ਼ਾ ਕਾਇਮ ਰਹਿੰਦੀ ਹੈ ਇਸੇ ਤਰ੍ਹਾਂ ਅਖਲ ਧਰਮੰਗ ਅਲਹ ਕਰਮੰਗ ਮੁਕੰਮਲ ਧਰਮ ਹੈ ਉਹਦਾ ਕੋਈ ਉਹਦੇ ਕਾਨੂੰਨਾਂ ਵਿੱਚ ਕਮੀ ਪੇਸ਼ੀ ਨਹੀਂ ਹੈ ਔਰ ਜੋ ਵੀ ਉਹਦੇ ਚਿੰਨ੍ਹ ਹਨ ਰਚਨਾ ਦੇ ਜੋ ਵੀ ਉਹਦੀਆਂ ਰਚਨਾ ਦੀਆਂ ਕਿਰਿਆਵਾਂ ਹਨ ਉਹ ਕਿਸੇ ਵੀ ਖਾਸ ਚਿੰਨ੍ਹ ਤੋਂ ਉੱਪਰ ਹਨ ਸੰਸਾਰ ਦੇ ਨਿਯਮਾਂ ਨੂੰ ਸਰਕਾਰਾਂ ਨੇ ਬਣਾਇਆ ਕਾਨੂੰਨ ਬਣਾਏ ਔਰ ਉਹਨਾਂ ਕਾਨੂੰਨਾਂ ਨੂੰ ਬੋਲੀ ਵਿੱਚ ਪ੍ਰਗਟ ਕੀਤਾ ਬੋਲੀ ਇੱਕ ਤਰ੍ਹਾਂ ਦੀ ਜੋ ਹੁਕਮ ਹਨ ਕਾਨੂੰਨ ਹਨ ਉਹਨਾਂ ਦਾ ਚਿੰਨ੍ਹ ਹੈ ਪਰ ਐਸਾ ਕੋਈ ਚਿੰਨ੍ਹ ਪਰਮੇਸ਼ੁਰ ਦਾ ਨਹੀਂ ਹੈ ਉਹ ਸਾਰੇ ਹੀ ਚਿੰਨ੍ਹਾਂ ਤੋਂ ਉੱਪਰ ਹੈ ਇਸ ਪ੍ਰਕਾਰ ਪਰਮੇਸ਼ੁਰ ਦੀ ਹਕੂਮਤ ਸਾਰੇ ਸੰਸਾਰ ਉੱਤੇ ਚੱਲ ਰਹੀ ਹੈ ਪਾਤਸ਼ਾਹ ਫਰਮਾਉਂਦਿਆਂ ਵਡਹੰਸ ਰਾਗ ਵਿੱਚ ਸਾਹਿਬ ਸੁਨਾਨ ਦੇ ਪਾਤਸ਼ਾਹ ਹੋਂ ਬਲਿਆਰੀ ਸਾਚੇ ਨਾਵੇਂ ਰਾਜ ਤੇਰਾ ਕਬਹੂ ਨਾ ਜਾਵੇ ਹੇ ਵਾਹਿਗੁਰੂ ਜੀ ਮੈਂ ਤੇਰੇ ਸੱਚੇ ਨਾਮ ਤੋਂ ਸਦਕੇ ਜਾਵਾਂ ਤੇਰਾ ਰਾਜ ਸਦਾ ਲਈ ਕਾਇਮ ਹੈ ਔਰ ਕਦੇ ਨਹੀਂ ਜਾਂਦਾ ਰਾਜੋ ਤਾਂ ਤੇਰਾ ਸਦਾ ਨਿਚਲ ਇਹ ਕਬਹੂ ਨਾ ਜਾਵੇ ਉਸ ਵਾਹਿਗੁਰੂ ਦਾ ਰਾਜ ਸਾਰੀ ਸ੍ਰਿਸ਼ਟੀ ਉੱਤੇ ਹਮੇਸ਼ਾ ਲਈ ਕਾਇਮ ਹੈ ਇਹ ਕਦੇ ਨਹੀਂ ਮੁੱਕਦਾ ਕਦੇ ਨਹੀਂ ਜਾਂਦਾ ਇਹ ਅਟਲ ਰਾਜ ਹੈ ਦੂਜੇ ਪਾਸੇ ਇਸ ਰਾਜ ਵਿੱਚੋਂ ਜੋ ਹੁਕਮ ਹੁੰਦਾ ਔਰ ਜਿਹਦੀ ਚਰਚਾ ਸਤਿਗੁਰਾਂ ਨੇ ਉੱਪਰ ਕੀਤੀ ਹੈ ਸਾਜੇ ਧਰਮੰਗ ਕਰਮੰਗ ਇਤਿਆਦਿਕ ਸ਼ਬਦਾਂ ਵਿੱਚ ਜੋ ਉਹਦੇ ਹੁਕਮ ਦਾ ਪ੍ਰਗਟਾਵਾ ਕਰਦੇ ਹਨ ਤੋ ਬਾਣੀ ਵਿੱਚ ਮਹਾਰਾਜ ਉਹਦੇ ਹੁਕਮ ਦੀ ਵਿਆਖਿਆ ਕਰਦੇ ਹਨ ਵਿਆਗੜਾ ਰਾਗ ਵਿੱਚ ਵਿਆਗੜਾ ਰਾਗ ਦੇ ਛੰਤ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਫੁਰਮਾਨ ਹੈ ਹਰ ਕਾ ਏਕ ਚੰਬਾ ਦੇਖਿਆ ਮੇਰੇ ਲਾਲ ਜੀਓ ਜੋ ਕਰੇ ਸੋ ਧਰਮ ਨਿਆਏ ਰਾਮ ਵਾਹਿਗੁਰੂ ਅਕਾਲ ਪੁਰਖ ਦੀ ਰਚਨਾ ਵਿੱਚ ਮੈਂ ਕਮਾਲ ਦੀ ਗੱਲ ਵੇਖੀ ਅਸਚਰਜ ਕਿਰਿਆ ਵੇਖੀ ਵੀ ਜੋ ਕੁਛ ਵੀ ਕਰ ਰਿਹਾ ਧਰਮ ਅਤੇ ਨਿਆਂ ਅਨੁਸਾਰ ਕਰ ਰਿਹਾ ਕੋਈ ਵੀ ਕਿਰਿਆ ਧਰਮ ਜਾਂ ਅਨਿਆਂ ਵਾਲੀ ਨਹੀਂ ਹੈ ਹਰ ਰੰਗ ਅਖਾੜਾ ਪਾਏ ਉਨ ਮੇਰੇ ਲਾਲ ਜੀਓ ਆਉਣ ਜਾਣ ਸਬਾਏ ਰਾਮ ਉਸ ਪਰਮੇਸ਼ੁਰ ਨੇ ਸੰਸਾਰ ਦਾ ਇਹ ਰੰਗ ਮੰਚ ਸਿਰਜਿਆ ਹੈ ਉਸ ਰੰਗ ਮੰਚ ਉੱਤੇ ਜੀਵ ਰੂਪੀ ਐਕਟਰ ਆਉਂਦੇ ਹਨ ਆਪਣੀਆਂ ਖੇਡਾਂ ਖੇਡਦੇ ਹਨ ਔਰ ਫਿਰ ਚਲੇ ਜਾਂਦੇ ਹਨ ਅਤੇ ਆਉਣ ਜਾਣ ਖੇਲ ਬਣਾਇਆ ਆਗਿਆਕਾਰੀ ਕੀਨੀ ਮਾਇਆ ਐਸੀ ਇੱਕ ਪ੍ਰਕਿਰਿਆ ਹਮੇਸ਼ਾ ਹੀ ਚੱਲਦੀ ਪਈ ਹੈ ਔਰ ਇਹਦਾ ਹੀ ਕਥਨ ਇਹਦਾ ਹੀ ਬਿਆਨ ਇਹਦਾ ਹੀ ਵਿਸਥਾਰ ਪਾਤਸ਼ਾਹ ਇਸ ਬਾਣੀ ਵੀ ਦੇ ਰਹੇ ਹਨ ਸਰਵੰਗ ਦਾਤਾ ਸਰਵੰਗ ਗਿਆਤਾ ਸਰਵੰਗ ਭਾਨੇ ਸਰਵੰਗ ਮਾਨੇ ਸਰਵੰਗ ਦਾਤਾ ਸਭ ਨੂੰ ਦੇਣ ਵਾਲਾ ਉਹ ਪਰਮੇਸ਼ੁਰ ਆਪ ਹੈ ਔਰ ਫਿਰ ਸਰਵੰਗ ਗਿਆਤਾ ਸਭ ਦੀ ਜਾਣਨ ਵਾਲਾ ਵੀ ਉਹ ਆਪ ਹੈ ਉਸ ਨੂੰ ਪਤਾ ਵੀ ਸਾਨੂੰ ਕੀ ਚਾਹੀਦਾ ਜੇ ਸਾਡਾ ਧਿਆਨ ਪਰਮੇਸ਼ੁਰ ਦੇ ਚਰਨਾਂ ਵਿੱਚ ਜੁੜਿਆ ਹੈ ਗੁਰੂ ਦੇ ਹੁਕਮ ਅਨੁਸਾਰ ਤਾਂ ਸਾਡਾ ਸੁਭਾਅ ਆਪਣੇ ਆਪ ਹੀ ਸੰਤੋਖੀ ਹੁੰਦਾ ਜਾਏਗਾ ਕਿਉਂਕਿ ਸਾਨੂੰ ਪਤਾ ਲੱਗ ਜਾਂਦਾ ਕਿ ਉਹ ਪਰਮੇਸ਼ੁਰ ਤਾਂ ਸਾਡਾ ਮਾਤਾ ਪਿਤਾ ਹੈ ਉਹ ਸਾਡੀਆਂ ਲੋੜਾਂ ਤਾਂ ਆਪ ਹੀ ਜਾਣਦਾ ਹੈ ਅਤੇ ਆਪ ਇਹਨਾਂ ਲੋੜਾਂ ਨੂੰ ਪੂਰੀਆਂ ਕਰੇਗਾ ਫਿਰ ਸਰਵੰਗ ਭਾਨੇ ਸਭ ਨੂੰ ਰੋਸ਼ਨੀ ਦੇਣ ਵਾਲਾ ਔਰ ਫਿਰ ਸਰਵੰਗ ਮਾਨੇ ਸਭ ਦਾ ਆਦਰ ਯੋਗ ਤੋ ਸਾਰਿਆਂ ਵਿੱਚ ਉਸ ਪਰਮੇਸ਼ੁਰ ਦੀ ਜੋਤ ਵਿਚਰ ਰਹੀ ਹੈ ਔਰ ਸਾਰਿਆਂ ਨੂੰ ਆਪ ਗਿਆਨ ਦੇ ਰਿਹਾ ਹੈ ਅਸੀਂ ਵਿਚਾਰ ਕਰ ਸਕਦੇ ਹਾਂ ਕਿ ਮਨੁੱਖ ਤਾਂ
ਛੋਟੀ ਉਮਰ ਤੋਂ ਸਿੱਖਣਾ ਸ਼ੁਰੂ ਕਰ ਦਿੰਦਾ। ਪਹਿਲਾਂ ਪਰਿਵਾਰ ਵਿੱਚ ਬੱਚਾ ਆਪਣੇ ਭੈਣਾਂ ਭਰਾਵਾਂ ਕੋਲੋਂ ਮਾਤਾ ਪਿਤਾ ਕੋਲੋਂ ਸਿੱਖਦਾ, ਫਿਰ ਸਕੂਲਾਂ ਵਿੱਚ ਜਾ ਕੇ ਦਾਖਲ ਹੁੰਦੇ ਆ ਬੱਚੇ, ਉੱਥੇ ਸਿੱਖਦੇ ਆ ਔਰ ਸਾਰੀ ਉਮਰ ਸਿੱਖਣ 'ਚ ਬੀਤ ਜਾਂਦੀ ਹੈ। ਪਰ ਵਿਚਾਰ ਕਰੀਏ ਕਿ ਜੀਵਨ ਜੰਤੂਆਂ ਨੂੰ ਕੌਣ ਸਿਖਾਉਂਦਾ? ਉਹਨਾਂ ਦਾ ਵੀ ਕੋਈ ਸਿਖਾਉਣ ਵਾਲਾ ਹੈ ਜੋ ਕੁਦਰਤ ਦੇ ਰੂਪ ਵਿੱਚ ਹਰ ਵੇਲੇ ਉਹਨਾਂ ਦੇ ਨਾਲ ਨਾਲ ਰਹਿੰਦਾ। ਔਰ ਸਾਰੇ ਜੀਵ ਜੰਤ ਆਪਣੇ ਜੀਵਨ ਦੇ ਪ੍ਰਤੀ ਔਰ ਜੀਵਨ ਦੀਆਂ ਕਿਰਿਆਵਾਂ ਦੇ ਪ੍ਰਤੀ ਬੜੇ ਹੀ ਸੁਚੇਤ ਹਨ, ਬੜੇ ਹੀ ਸਮਰੱਥ ਹਨ। ਤੋ ਸਾਰਿਆਂ ਨੂੰ ਗਿਆਨ ਦੇਣ ਵਾਲਾ ਉਹ ਪਰਮੇਸ਼ੁਰ ਆਪ ਹੈ ਔਰ ਸਾਰਿਆਂ ਦੇ ਵਾਸਤੇ ਉਹ ਆਦਰ ਯੋਗ ਹੈ, ਸਤਿਕਾਰ ਯੋਗ ਹੈ। ਮਾਰੂ ਸੋਹਲੇ ਵਿੱਚ ਵੀ ਸਾਹਿਬ ਸ੍ਰੀ ਅਰਜਨ ਦੇਵ ਪਾਤਸ਼ਾਹ ਦਾ ਫਰਮਾਨ ਆਇਆ, ਕਰਨ ਕਰਾਵਨ ਹਾਰ ਸੁਆਮੀ, ਸਗਲ ਕਟਾਂ ਕੇ ਅੰਤਰ ਜਾਮੀ, ਕਰ ਕਿਰਪਾ ਜਿਸ ਭਗਤੀ ਲਾਵੋ, ਜਨਮ ਪਦਾਰਥ ਸੋ ਜਿੰਨਾ। ਸਾਰੀ ਕਿਰਿਆ ਜੋ ਸ੍ਰਿਸ਼ਟੀ ਵਿੱਚ ਹੋ ਰਹੀ ਹੈ ਉਹਦੇ ਪਿੱਛੇ ਕਰਨ ਕਰਾਉਣ ਹਾਰ ਪਰਮੇਸ਼ੁਰ ਆਪ ਹੀ ਹੈ। ਸਭ ਦਾ ਮਾਲਕ ਵੀ ਉਹ ਆਪ ਹੀ ਹੈ, ਸਾਰਿਆਂ ਹਿਰਦਿਆਂ ਦੀ ਗੱਲ ਵੀ ਉਹ ਆਪ ਹੀ ਜਾਣਦਾ। ਜਿਸ ਉੱਤੇ ਬਖਸ਼ਿਸ਼ ਕਰ ਦੇਵੇ ਔਰ ਜਿਸ ਨੂੰ ਆਪਣੀ ਭਗਤੀ ਆਪਣੇ ਨਾਮ ਸਿਮਰਨ ਵੱਲ ਲਾ ਦੇਵੇ, ਉਸ ਨੇ ਸਮਝੋ ਇਹ ਜ਼ਿੰਦਗੀ ਦੀ ਖੇਡ ਨੂੰ ਜਿੱਤ ਲਿਆ ਹੈ। ਉਹ ਹੀ ਸੂਰਬੀਰ ਹੈ, ਉਹ ਹੀ ਭਗਤ ਹੈ ਜਿਹਨੇ ਜੀਵਨ ਦੀ ਖੇਡ ਨੂੰ ਜਿੱਤ ਲਿਆ ਹੈ। ਇਸੇ ਤਰ੍ਹਾਂ ਕਾਂਗੜੇ ਦੀ ਵਾਰ ਵਿੱਚ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦਾ ਪਾਵਨ ਫੁਰਮਾਨ ਹੈ, ਸਭ ਜੋਤ ਤੇਰੀ ਜਗ ਜੀਵਨਾ, ਤੂੰ ਘਟ ਘਟ ਹਰ ਰੰਗ ਰੰਗਨਾ, ਸਭ ਧਿਆਵੈ ਤੁਧ ਮੇਰੇ ਪ੍ਰੀਤਮਾ, ਤੂੰ ਸਤ ਸਤ ਪੁਰਖ ਨਿਰੰਜਨਾ। ਇਹ ਜਿਤਨੀ ਵੀ ਜੀਵਨ ਦੀ ਕਿਰਿਆ ਚੱਲ ਰਹੀ ਹੈ ਔਰ ਜੀਵਨ ਨੂੰ ਜੋ ਗਿਆਨ ਹੈ ਆਪਣੇ ਜੀਵਨ ਬਾਰੇ, ਜੀਵਨ ਦੀਆਂ ਕਿਰਿਆਵਾਂ ਬਾਰੇ, ਇਹ ਸਭ ਤੇਰੀ ਹੀ ਜੋਤ ਹੈ। ਸੰਸਾਰ ਦੇ ਜੀਵਨ ਵਾਹਿਗੁਰੂ ਜਗ ਜੀਵਨ ਕਿਹਾ ਪਰਮੇਸ਼ੁਰ ਨੂੰ, ਸਾਰੇ ਸੰਸਾਰ ਦਾ ਜੀਵਨ ਇਹ ਸਾਰੀ ਹੀ ਤੇਰੀ ਜੋਤ ਕਰਕੇ ਸੰਸਾਰ ਚੱਲ ਰਿਹਾ ਹੈ ਔਰ ਤੂੰ ਹਰ ਇੱਕ ਦੇ ਹਿਰਦੇ ਵਿੱਚ ਹਰ ਇੱਕ ਦੇ ਅੰਦਰ ਬੈਠਾ ਹੈ ਔਰ ਉਸਨੂੰ ਪਰਮੇਸ਼ੁਰ ਤੂੰ ਆਪ ਹੀ ਆਪਣੇ ਨਾਮ ਰੰਗ ਵਿੱਚ ਰੰਗ ਰਿਹਾ ਹੈ। ਸਾਰੇ ਹੀ ਤੈਨੂੰ ਧਿਆਉਂਦੇ ਹਨ, ਹੇ ਮੇਰੇ ਪ੍ਰੀਤਮ, ਹੇ ਮੇਰੇ ਮਾਲਕ, ਤੂੰ ਸਾਰਿਆਂ ਵਿੱਚ ਸੱਤ ਰੂਪ ਵਿੱਚ ਵਿਚਰ ਰਿਹਾ ਹੈ, ਹਰ ਇੱਕ ਦੇ ਹਿਰਦੇ ਵਿੱਚ ਜਾਣਦਾ ਹੈ। ਭਾਵੇਂ ਤੇਰਾ ਕੋਈ ਸਰੂਪ ਮਾਇਕ ਰੂਪ ਨਹੀਂ ਦਿਸਦਾ, ਪਰ ਤੂੰ ਸਭ ਦੇ ਨਾਲ ਨਾਲ ਵਰਤ ਰਿਹਾ ਹੈ। ਸੋ ਇਸ ਪ੍ਰਕਾਰ ਉਹ ਵਾਹਿਗੁਰੂ ਸਰਵੰਗ ਦਾਤਾ ਹੈ, ਸਰਵੰਗ ਗਿਆਤਾ ਹੈ, ਸਰਵੰਗ ਭਾਨੇ ਹੈ, ਸਰਵੰਗ ਮਾਨੇ ਹੈ। ਐਸਾ ਵਿਸਥਾਰ ਗੁਰਬਾਣੀ ਵਿੱਚ ਵੀ ਆਇਆ ਔਰ ਪਾਤਸ਼ਾਹ ਜਾਪ ਸਾਹਿਬ ਦੀ ਬਾਣੀ ਵਿੱਚ ਉਹਦਾ ਵਖਾਣ ਕਰ ਰਹੇ ਹਨ। ਸਰਵੰ ਪ੍ਰਾਣੰ ਸਰਵੰ ਤ੍ਰਾਣੰ ਸਰਵੰ ਭੁਗਤਾ ਸਰਵੰ ਜੁਗਤਾ, ਸਾਰਿਆਂ ਦਾ ਪ੍ਰਾਣ ਜਿਸਨੂੰ ਜਗ ਜੀਵਨ ਕਿਹਾ, ਸਾਰੇ ਸੰਸਾਰ ਦਾ ਜੀਵਨ ਉਹ ਪਰਮੇਸ਼ੁਰ ਆਪ ਹੈ। ਔਰ ਫਿਰ ਤ੍ਰਾਣੰ, ਤ੍ਰਾਣ ਹੁੰਦਾ ਹੈ ਓਟ ਆਸਰਾ, ਸਭ ਦਾ ਓਟ ਆਸਰਾ ਵੀ ਉਹ ਆਪ ਹੈ। ਹਰੇਕ ਨੂੰ ਪਰਮੇਸ਼ੁਰ ਨੇ ਸ਼ਕਤੀ ਬਖਸ਼ੀ ਹੈ, ਹਰੇਕ ਛੋਟੇ ਤੋਂ ਛੋਟੇ ਜੀਵ ਨੂੰ ਵੀ ਐਸਾ ਤ੍ਰਾਣ ਐਸਾ ਬਲ ਦਿੱਤਾ ਕਿ ਉਹ ਸਹਿਜੇ ਹੀ ਆਪਣੇ ਜੀਵਨ ਦੀ ਕਿਰਿਆ ਨੂੰ ਚਲਾ ਰਿਹਾ ਹੈ। ਇਹ ਸ਼ਕਤੀ ਵੀ ਪਰਮੇਸ਼ੁਰ ਦੀ ਹੈ ਜਿਹੜੀ ਹਰ ਇੱਕ ਨੂੰ ਦਿੱਤੀ ਹੋਈ ਹੈ, ਜਿਹੜੀ ਹਰ ਇੱਕ ਦੀ ਓਟ ਆਸਰਾ ਬਣੀ ਹੋਈ ਹੈ। ਇਸੇ ਤਰ੍ਹਾਂ ਸਰਵੰਗ ਭੁਗਤਾ ਸਰਵੰਗ ਜੁਗਤਾ, ਸਾਰਿਆਂ 'ਤੇ ਰਾਜ ਕਰਨ ਵਾਲਾ ਵੀ ਉਹ ਪਰਮੇਸ਼ੁਰ ਹੈ ਔਰ ਸਾਰਿਆਂ ਨਾਲ ਜੁਗਤਾ ਮਿਲਿਆ ਹੋਇਆ, ਇੱਕ ਮਿਕ ਹੋ ਕੇ ਮਿਲਿਆ ਹੋਇਆ, ਉਹ ਵੱਖਰਾ ਲੱਗਦਾ ਹੀ ਨਹੀਂ। ਸਦ ਤੱਕ ਆਪਸ ਵਿੱਚ ਉਹਦਾ ਮੇਲ ਹੈ ਸਾਰੀ ਸ੍ਰਿਸ਼ਟੀ ਨਾਲ। ਸਵੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ, ਐਸੀ ਉਹਦੀ ਲੀਲਾ ਹੈ, ਐਸੀ ਉਹਦੀ ਖੇਡ ਹੈ। ਕਾਂਗੜੇ ਦੀ ਵਾਰ ਵਿੱਚ ਪਾਤਸ਼ਾਹ ਸਾਹਿਬ ਸ੍ਰੀ ਰਾਮਦਾਸ ਪਾਤਸ਼ਾਹ ਹੋਰ ਅੱਗੇ ਫਰਮਾਉਂਦੇ ਹਨ, ਤੂੰ ਆਪੇ ਹੀ ਸਿੱਧ ਸਾਧਕੋ, ਤੂੰ ਆਪੇ ਹੀ ਜੁਗ ਜੋਗੀਆ, ਤੂੰ ਆਪੇ ਹੀ ਰਸ ਰਸੀਅੜਾ, ਤੂੰ ਆਪੇ ਹੀ ਭੋਗ ਭੋਗਿਆ। ਤੂੰ ਸਿੱਧਾਂ ਦੇ ਵਿੱਚ ਵੀ ਵਿਚਰ ਰਿਹਾ ਹੈ, ਸਿੱਧਾਂ ਦੀ ਸਾਧਨਾ ਵੀ ਤੇਰੇ ਕਰਕੇ ਹੈ ਪਾਤਸ਼ਾਹ। ਔਰ ਜੋਗੀਆਂ ਦੇ ਨਾਲ ਵੀ ਤੂੰ ਜੁੜਿਆ ਹੋਇਆ, ਮਿਲਿਆ ਹੋਇਆ, ਉਹਨਾਂ ਦੀ ਜੋਗ ਵਿੱਚ ਵੀ ਤੂੰ ਆਪ ਹੈ। ਤੂੰ ਸੰਸਾਰ ਦੇ ਪਦਾਰਥਾਂ ਦਾ ਰਸ ਵੀ ਆਪ ਹੀ ਲੈ ਰਿਹਾ ਔਰ ਤੂੰ ਆਪੇ ਹੀ ਭੋਗ ਵੀ ਭੋਗਦੇ ਹੈ। ਆਪੇ ਰਸੀਆ, ਆਪ ਰਸ, ਆਪੇ ਰਾਵਣ ਹਾਰ,
ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ। ਤੋ ਰਸ ਵਾਲੇ ਪਦਾਰਥ ਵੀ ਤੂੰ ਪੈਦਾ ਕੀਤੇ ਔਰ ਉਹਨਾਂ ਨੂੰ ਰਸ ਵੀ ਤੂੰ ਆਪ ਲੈ ਰਿਹਾ ਹੈ। ਬੜੀਆਂ ਹੀ ਅਜਬ ਅਤੇ ਨਿਰਾਲੀਆਂ ਹਨ ਤੇਰੀਆਂ ਖੇਡਾਂ। ਇੱਕ ਦਾਤਾ ਸਭ ਜਗਤ ਭਿਖਾਰੀਆ, ਹਰ ਜਾਚੈ ਸਭ ਮੰਗ ਮੰਗਣਾ। ਸਰਬੰਗ ਦਾਤਾ ਤੂੰ ਆਪ ਹੀ ਸਭ ਦਾ ਦਾਤਾ ਹੈ, ਸਭ ਨੂੰ ਦੇਣ ਵਾਲਾ ਹੈ ਔਰ ਸਾਰਾ ਸੰਸਾਰ ਤੇਰਾ ਭਿਖਾਰੀ ਹੈ। ਸਾਰਾ ਸੰਸਾਰ ਤੇਰੇ ਕੋਲੋਂ ਹੀ ਮੰਗਦਾ ਹੈ ਔਰ ਤੂੰ ਸਭ ਦੀਆਂ ਮੰਗਾਂ ਪੂਰੀਆਂ ਵੀ ਕਰਦਾ ਹੈ। ਮੰਗਾਂ ਪੂਰੀਆਂ ਕਰਨ ਬਾਰੇ ਬਾਣੀ ਦੀ ਵਿਚਾਰ ਕਰਨ ਤੋਂ ਪਤਾ ਲੱਗਦਾ ਬਈ ਜਿਸ ਤਰ੍ਹਾਂ ਅੰਗਰੇਜ਼ ਕਿਹਾ ਜਾਂਦਾ ਫਸਟ ਡਿਜ਼ਰਵ ਦੈਨ ਡਿਜ਼ਾਇਰ। ਜਿਸ ਯੋਗ ਅਸੀਂ ਹੁੰਦੇ ਹਾਂ ਉਹ ਸਹਿਜ ਹੀ ਪਰਮੇਸ਼ੁਰ ਸਾਨੂੰ ਉਹ ਦਾਤ ਦੇ ਦਿੰਦਾ। ਸਾਡੀ ਪਰੇਸ਼ਾਨੀ ਕੀ ਹੁੰਦੀ ਹੈ ਵੀ ਅਸੀਂ ਉਸ ਯੋਗ ਤਾਂ ਹੁੰਦੇ ਨਹੀਂ ਅਤੇ ਦਾਤਾਂ ਵੱਡੀਆਂ ਵੱਡੀਆਂ ਮੰਗਣ ਲੱਗ ਜਾਂਦੇ ਹਾਂ। ਸੇਵਾ ਥੋੜ੍ਹੀ ਮੰਗਣ ਬਹੁਤਾ, ਮਹਿਲ ਨਾ ਪਾਵੇ ਕਹਿ ਤੋ ਪੋਤਾ। ਸਾਡੀ ਅਵਸਥਾ ਕੁਝ ਇਸ ਤਰ੍ਹਾਂ ਦੀ ਹੈ ਕਿ ਸਾਡੇ ਜੀਵਨ ਵਿੱਚ ਉਤਨਾ ਸਾਡੇ ਕਰਮ ਨਹੀਂ, ਉਹਨਾਂ ਕਰਮਾਂ ਦੀ ਇਤਨਾ ਗੁਣ ਨਹੀਂ ਉਹਨਾਂ ਕਰਮਾਂ ਵਿੱਚ ਕਿ ਸਾਨੂੰ ਆਪਣੇ ਮਨ ਦੀ ਜੋ ਸਾਡੀ ਤ੍ਰਿਸ਼ਨਾ ਵਾਸ਼ਨਾ ਹੈ ਉਸ ਨੂੰ ਉਹ ਪੂਰਾ ਕਰ ਸਕੀਏ। ਪਰ ਅਸੀਂ ਐਸੀਆਂ ਚੀਜ਼ਾਂ ਲਈ ਹਰ ਵੇਲੇ ਕਲਪਦੇ ਰਹਿੰਦੇ ਹਾਂ, ਤੰਗਦੇ ਰਹਿੰਦੇ ਹਾਂ ਜੋ ਸਾਡੀ ਸ਼ਕਤੀ ਤੋਂ ਸਾਡੀ ਸਮਰੱਥਾ ਤੋਂ ਉੱਪਰਦੀਆਂ ਹੁੰਦੀਆਂ ਔਰ ਇਹੋ ਸਾਡੀ ਔਰ ਸੰਸਾਰ ਦੀ ਸੰਸਾਰੀ ਜੀਵਾਂ ਦੀ ਮਨੁੱਖਾਂ ਦੀ ਪਰੇਸ਼ਾਨੀ ਦਾ ਕਾਰਨ ਹੈ। ਪਰ ਜੇ ਗੁਰੂ ਬਖਸ਼ਿਸ਼ ਕਰੇ ਇਸ ਗੱਲ ਦਾ ਗਿਆਨ ਹੋ ਜਾਏ ਵੀ ਜੋ ਮੈਨੂੰ ਮਾਲਕ ਨੇ ਜ਼ਿੰਦਗੀ ਬਖਸ਼ੀ, ਸਰੀਰ ਬਖਸ਼ਿਆ, ਪਰਿਵਾਰ ਬਖਸ਼ਿਆ, ਜੇ ਮੈਂ ਉਹਦੇ ਹੁਕਮ ਵਿੱਚ ਰਹਿ ਕੇ ਚੱਲਾਂਗਾ ਤਾਂ ਮੇਰੀ ਸਾਰੀ ਲੋੜ ਉਹ ਆਪ ਪੂਰੀ ਕਰੇਗਾ। ਇੱਕ ਟਿਕਾਵ, ਇੱਕ ਸਹਿਜ, ਇੱਕ ਸੰਤੋਖ ਮਨ ਵਿੱਚ ਹੋ ਜਾਏਗਾ ਤਾਂ ਜ਼ਿੰਦਗੀ ਸਹਿਜ ਹੀ ਆਪਣੀ ਸਹੀ ਚਾਲ ਚੱਲਦੀ ਜਾਏਗੀ। ਪਰ ਜਦੋਂ ਸੰਤੋਖ ਦਾ ਲੜ, ਸਹਿਜ ਦਾ ਲੜ ਛੱਡ ਦਿੱਤਾ, ਆਪ ਉਧਰਾ ਹੋ ਗਿਆ ਇਨਸਾਨ ਔਰ ਆਪਣੀ ਵਿੱਤ ਤੋਂ ਬਾਹਰ ਹੋ ਕੇ ਮੱਲਾਂ ਮਾਰਨ ਲੱਗ ਗਿਆ, ਕੁਕਰਮ ਕਰਨ ਲੱਗ ਗਿਆ, ਝੂਠ ਤੂਫਾਨ ਦੇ ਟੇਟੇ ਚੜ੍ਹ ਗਿਆ, ਫਿਰ ਭਟਕ ਗਿਆ ਜਿਸ ਤਰ੍ਹਾਂ ਭਵ ਸਾਗਰ ਵਿੱਚ ਕੋਈ ਨਾਵ, ਕੋਈ ਕਿਸ਼ਤੀ ਭਟਕ ਜਾਂਦੀ ਹੈ ਔਰ ਫਿਰ ਅਖੀਰ ਜ਼ਿੰਦਗੀ ਦੀ ਬੇੜੀ ਡੁੱਬ ਕੇ ਗਰਕ ਹੋ ਜਾਂਦੀ ਹੈ। ਅਤੇ ਇਸ ਪ੍ਰਕਾਰ ਇਹ ਸਾਰੇ ਵਿਚਾਰ ਕਿ ਦੇਣ ਹਾਰ ਦਾ ਤਾਰ ਇੱਕੋ ਪਰਮੇਸ਼ੁਰ ਹੈ ਔਰ ਜੋ ਸਾਡੇ ਲਈ ਯੋਗ ਸਮਝਦਾ ਸਾਨੂੰ ਦੇ ਰਿਹਾ ਹੈ। ਅਸੀਂ ਮਾਤਾ ਪਿਤਾ ਦੀ ਉਦਾਹਰਣ ਇੱਥੇ ਦੇ ਸਕਦੇ ਹਾਂ। ਮਾਤਾ ਪਿਤਾ ਜਾਣਦੇ ਹਨ ਕਿ ਮੇਰੇ ਬੱਚੇ ਦੀ ਲੋੜ ਕੀ ਹੈ ਔਰ ਕੋਈ ਵੀ ਮਾਂ ਪਿਓ ਆਪਣੇ ਬੱਚੇ ਨੂੰ ਉਹਦੀ ਲੋੜ ਤੋਂ ਵਿਰਵਾ ਨਹੀਂ ਰੱਖਦਾ। ਤੋ ਸਾਡਾ ਵੀ ਮਾਤਾ ਪਿਤਾ ਪਰਮੇਸ਼ੁਰ ਹੈ ਜੋ ਸਾਡੀ ਲੋੜ ਹੈ ਉਹਦੀ ਉਹ ਪੂਰਤੀ ਕਰ ਰਿਹਾ ਹੈ। ਜੇ ਅੰਤਰਾਤਮਾ ਵੀ ਧਿਆਨ ਨਾਲ ਅਸੀਂ ਵਾਚੀਏ ਤਾਂ ਉਹ ਆਪ ਹਰ ਵੇਲੇ ਸਾਡੇ ਨਾਲ ਹੋ ਕੇ ਵਿਚਰ ਰਿਹਾ ਹੈ। ਸਰਬੰਗ ਦੇਵੰ ਸਰਬੰਗ ਭੇਵੰ ਸਰਬੰਗ ਕਾਲੇ ਸਰਬੰਗ ਪਾਲੇ। ਦੇਵ ਸ਼ਬਦ ਬਾਣੀ ਵਿੱਚ ਆਇਆ ਹੈ। ਦੇਵ ਦਾ ਭਾਵ ਇੱਕ ਤਾਂ ਹੁੰਦਾ ਦਿਵਯ, ਪ੍ਰਕਾਸ਼ ਯੁਕਤ, ਗਿਆਨ ਦੇਣ ਵਾਲਾ। ਇੱਕ ਦੇਵ ਹੁੰਦਾ ਪੂਜਣ ਯੋਗ। ਤਾਂ ਇੱਥੇ ਪੂਜਣ ਯੋਗ ਵਾਲੇ ਅਰਥ ਵਧੇਰੇ ਢੁੱਕਵੇਂ ਹਨ ਕਿ ਉਹ ਸਾਰਿਆਂ ਦਾ ਪੂਜਣ ਯੋਗ ਹੈ, ਸਾਰੇ ਹੀ ਉਸਦੀ ਪੂਜਾ ਕਰਦੇ ਹਨ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸ਼ਬਦ ਹੈ, ਬੰਗ ਕੇ ਬੰਗਾਲੀ, ਫਿਰ ਹੰਗ ਕੇ ਫਿਰੰਗਾ ਵਾਲੀ, ਦਿੱਲੀ ਕੇ ਦਿਲਵਾਲੀ, ਤੇਰੀ ਆਗਿਆ ਮੈਂ ਚਲਤ ਹੈ। ਬੰਗਾਲ ਦੇਸ਼ ਦੇ ਬੰਗਾਲੀ ਵੀ ਔਰ ਫਿਰ ਹੰਗ ਪੱਛਮੀ ਦੇਸ਼ਾਂ ਵਾਸਤੇ ਸ਼ਬਦ ਫਰੰਗੀ ਜਾਂ ਫਰਹੰਗ ਆਇਆ। ਦਿੱਲੀ ਬੜਾ ਵੱਡਾ ਸ਼ਹਿਰ ਹੈ, ਆਦਿ ਕਾਲ ਤੋਂ ਕਾਫੀ ਸਮੇਂ ਤੋਂ ਇਹਦਾ ਇਤਿਹਾਸ ਪ੍ਰਸਿੱਧ ਹੈ। ਇਹ ਸਾਰੇ ਹੀ ਪਰਮੇਸ਼ੁਰ ਤੇਰਾ ਸਿਮਰਨ ਕਰਦੇ ਹਨ ਅਤੇ ਅਖੀਰ ਪਾਤਸ਼ਾਹ ਸ਼ਬਦ ਨਿਰਣਾ ਕਰਦੇ ਹਨ, ਜਿਨ੍ਹਾਂ ਤੋਂ ਇੱਥੇ ਆਇਓ ਤਿਨ੍ਹਾਂ ਪੂਰਨ ਪ੍ਰਤਾਪ ਪਾਇਓ, ਸਰਬ ਧਨ ਧਾਮ ਫਲ ਫੂਲ ਸੋ ਫਲਤ ਹੈ। ਜਿਨ੍ਹਾਂ ਨੇ ਵੀ ਤੇਰਾ ਸਿਮਰਨ ਕੀਤਾ, ਤੇਰੀ ਪੂਜਾ ਕੀਤੀ, ਉਹਨਾਂ ਨੂੰ ਪੂਰੀ ਸ਼ਕਤੀ, ਪੂਰਾ ਪ੍ਰਤਾਪ ਪ੍ਰਾਪਤ ਹੋਇਆ ਔਰ ਸਾਰੇ ਜੀਵਨ ਦੇ ਫਲ ਉਹਨਾਂ ਨੂੰ ਮਿਲੇ ਹਨ। ਤੋ ਸਰਬੰਗ ਦੇਵੰਗ, ਸਰਬੰਗ ਨੂੰ ਸਭ ਦਾ ਪੂਜ ਯੋਗ ਹੈ, ਸਰਬੰਗ ਭੇਵੰਗ ਸਭ ਦਾ ਭੇਤੀ ਹੈ, ਸਭ ਦੇ ਦਿਲ ਦੀ ਜਾਣਦਾ ਹੈ। ਕੋਈ ਐਸਾ ਨਹੀਂ ਜਿਹੜਾ ਪਰਮੇਸ਼ੁਰ ਕੋਲੋਂ ਕੋਈ ਆਪਣਾ ਰਾਜ਼ ਆਪਣਾ ਭੇਤ ਛੁਪਾ ਕੇ ਰੱਖ ਸਕਦਾ ਹੋਵੇ। ਸਰਬੰਗ ਕਾਲੇ, ਕਾਲ ਜਿੱਥੇ ਸਮੇਂ ਦਾ ਪ੍ਰਤੀਕ ਹੈ, ਕਾਲ ਮੌਤ ਦਾ ਵੀ ਪ੍ਰਤੀਕ ਹੈ। ਤੋ ਇੱਥੇ ਸਰਬੰਗ ਕਾਲੇ ਸਭ ਦਾ ਨਾਸ਼ ਕਰਨ ਵਾਲਾ ਵੀ ਉਹ ਆਪ ਹੀ ਹੈ ਔਰ ਇਸ ਤਰ੍ਹਾਂ ਸਰਬੰਗ ਪਾਲੇ
ਸਭ ਦੀ ਪਾਲਣਾ ਵੀ ਆਪ ਕਰਦਾ ਹੈ। ਤੋ ਕਿਸ ਤਰ੍ਹਾਂ ਵਿਰੋਧੀ ਗੁਣ ਪਰਮੇਸ਼ੁਰ ਦੇ ਵਿੱਚ ਹਨ, ਵੀ ਮਾਰਦਾ ਵੀ ਹੈ ਅਤੇ ਜਿਵਾਉਂਦਾ ਵੀ ਹੈ। ਤੋ ਐਸੀ ਅਜਲਬ ਅਦਭੁਤ ਲੀਲਾ ਹੈ ਵਾਹਿਗੁਰੂ ਅਕਾਲ ਪੁਰਖ ਦੀ। ਪਾਤਸ਼ਾਹ ਮਾਝ ਰਾਗ ਵਿੱਚ ਸਾਹਿਬ ਸ੍ਰੀ ਅਮਰਦਾਸ ਪਾਤਸ਼ਾਹ ਇਹਨਾਂ ਗੁਣਾਂ ਦਾ ਹੋਰ ਸੁੰਦਰ ਵਖਾਣ ਕਰਦੇ ਹਨ। ਤੁਧ ਜੇਵਟ ਮੈਂ ਹੋਰ ਨਾ ਕੋਈ, ਤੁਧ ਆਪੇ ਸਿਰਜੀ ਆਪੇ ਗੋਈ। ਹੇ ਵਾਹਿਗੁਰੂ, ਮੈਂ ਜੋ ਆਪਣੇ ਅਨੁਭਵ ਦੁਆਰਾ ਮਹਿਸੂਸ ਕੀਤਾ ਹੈ, ਮੈਨੂੰ ਤੇਰੇ ਵਰਗਾ ਹੋਰ ਕੋਈ ਨਹੀਂ ਦਿਸਦਾ, ਕਿਉਂਕਿ ਤੂੰ ਸਾਰੀ ਹੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ, ਬਾਕੀ ਸਾਰੇ ਤੇਰੇ ਬਣਾਏ ਹੋਏ ਹਨ, ਔਰ ਜੋ ਤੇਰਾ ਬਣਾਇਆ ਹੋਇਆ ਉਹ ਤੇਰੇ ਤੋਂ ਉੱਪਰ ਕਿਵੇਂ ਹੋ ਸਕਦਾ। ਇਹ ਵੱਡਾ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਇਤਨਾ ਵੱਡਾ ਕੋਈ ਹੋਵੇ ਜਿਤਨਾ ਪਰਮੇਸ਼ੁਰ ਹੈ, ਤਾਂ ਭਾਵੇਂ ਉਹਦੀ ਕੋਈ ਗੱਤ ਵਿੱਚ ਜਾਣ ਸਕੇ, ਪਰ ਇੱਕ ਤਰ੍ਹਾਂ ਦਾ ਇਹ ਅਤ ਕਥਨੀ ਅਲੰਕਾਰ ਹੈ ਕਿ ਉਸ ਵਰਗਾ ਤਾਂ ਕੋਈ ਹੋ ਹੀ ਨਹੀਂ ਸਕਦਾ। ਤੁਧ ਆਪੇ ਸਿਰਜੀ ਆਪੇ ਗੋਈ, ਤੂੰ ਆਪੇ ਹੀ ਸਾਰੀ ਸ੍ਰਿਸ਼ਟੀ ਬਣਾਈ ਹੈ, ਔਰ ਇਹਦਾ ਨਾਸ਼ ਵੀ ਤੂੰ ਆਪੇ ਹੀ ਕਰਨਾ ਹੈ, ਮਿਟਾਉਣਾ ਵੀ ਤੂੰ ਆਪ ਹੀ ਹੈ। ਤੋ ਸਾਰੀ ਕਿਰਿਆ ਉਸ ਪਰਮੇਸ਼ੁਰ ਦੇ ਹੁਕਮ ਵਿੱਚ ਚੱਲ ਰਹੀ ਹੈ। ਤੂੰ ਆਪੇ ਹੀ ਖੜ ਭੰਨ ਸਵਾਰੈ, ਨਾਨਕ ਨਾਮ ਸੁਹਾਵਣਿਆ। ਫਿਰ ਤੂੰ ਆਪੇ ਹੀ ਸੰਸਾਰ ਦੀ ਘੜਤ ਘੜ ਰਿਹਾ ਹੈ, ਉਹਦੇ ਨਾਲ ਘੜੇ ਹੋਏ ਭਾਂਡਿਆਂ ਨੂੰ ਆਪ ਹੀ ਭੰਨਦਾ ਹੈ, ਫਿਰ ਇਹਨਾਂ ਨੂੰ ਸਵਾਰਦਾ ਵੀ ਹੈ, ਸ਼ਿੰਗਾਰਦਾ ਵੀ ਹੈ। ਇੱਕ ਹੁੰਦਾ ਹੈ ਭੌਤਿਕ ਤੌਰ 'ਤੇ ਕਿਸੇ ਚੀਜ਼ ਦਾ ਨਾਸ਼ ਕਰਨਾ, ਇੱਕ ਮਾਨਸਿਕ ਤੌਰ 'ਤੇ ਗੁਣਾਂ ਦੇ ਤੌਰ 'ਤੇ। ਅਤੇ ਕਈ ਵਾਰੀ ਇਹ ਵੀ ਹੁੰਦਾ ਬਈ ਕਈ ਜੀਵ ਗੁਨਾਹਾਂ ਦੇ ਰਸਤੇ 'ਤੇ ਤੁਰ ਪੈਂਦੇ, ਪਾਪਾਂ ਦੇ ਰਸਤੇ 'ਤੇ ਤੁਰ ਪੈਂਦੇ, ਅਤੇ ਕਈ ਵਾਰੀ ਇਹ ਵੀ ਹੁੰਦਾ ਪਰਮੇਸ਼ੁਰ ਦੀ ਉਹਨਾਂ 'ਤੇ ਬਖਸ਼ਿਸ਼ ਹੋ ਜਾਂਦੀ ਹੈ, ਅਤੇ ਉਹਨਾਂ ਨੂੰ ਫਿਰ ਮਾਨਸਿਕ ਤੌਰ 'ਤੇ ਪਰਮੇਸ਼ੁਰ ਜਿਹੜਾ ਹੈ ਉਹ ਭੰਨਦਾ ਅਤੇ ਘੜਦਾ ਹੈ, ਭਾਵ ਉਹਨਾਂ ਦੇ ਪੁਰਾਣੇ ਔਗਣ ਖਤਮ ਕਰਕੇ ਉਹਨਾਂ ਦੇ ਵਿੱਚ ਗੁਣਾਂ ਦਾ ਪ੍ਰਵੇਸ਼ ਕਰਦਾ ਹੈ। ਕਈ ਮਿਥਿਹਾਸਕ ਸਾਖੀਆਂ ਆਈਆਂ ਹਨ ਬਾਣੀ ਵਿੱਚ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖੀਆਂ ਹਨ, ਜਿਹਦੇ ਵਿੱਚ ਇੱਕ ਵੇਸਵਾ ਦਾ ਨਾਂ ਆਉਂਦਾ ਹੈ, ਉਹਦਾ ਵਾਹਿਗੁਰੂ ਦੀ ਕਿਰਪਾ ਨਾਲ ਸੁਧਾਰ ਹੋਇਆ। ਬਾਲਮੀਕ ਰਸਤੇ ਦਾ ਲੁਟੇਰਾ ਸੀਗਾ, ਰਸਤੇ ਵਿੱਚ ਲੋਕਾਂ ਨੂੰ ਲੁੱਟ ਲੈਂਦਾ ਸੀ, ਉਹਦਾ ਸੁਧਾਰ ਹੋਇਆ। ਹੋਰ ਕਈ ਉਹ ਜੇ ਔਗਣਾਂ ਵਿੱਚ ਗ੍ਰਸੇ ਹੋਏ ਜੀਵ ਸੀਗੇ, ਮਨੁੱਖ ਸੀਗੇ, ਜਿਨ੍ਹਾਂ ਦਾ ਗੁਰੂ ਕਿਰਪਾ ਦੁਆਰਾ ਸੁਧਾਰ ਹੋਇਆ। ਤੋ ਇਹ ਪੰਨ ਸਵਾਰੈ ਭਾਵ ਇੱਥੋਂ ਇਹ ਵੀ ਲੱਗਦਾ ਵੀ ਉਹ ਉਹਨਾਂ ਦੀ ਮਾਨਸਿਕ ਆੜਤ ਨੂੰ, ਇੱਕ ਵਾਰੀ ਉਹਨਾਂ ਦੀ ਜੋ ਪਹਿਲੀ ਬਣੀ ਹੋਈ ਫਿਤਰਤ ਹੈ ਉਸਨੂੰ ਤੋੜ ਦਿੰਦਾ, ਫਿਰ ਅੰਤਰਾਤਮਾ ਵਿੱਚ ਵਿਰਾਜਮਾਨ ਹੋ ਕੇ ਉਹਨਾਂ ਦੇ ਗੁਣਾਂ ਦੀ ਕਾੜਤ ਘੜਦਾ ਹੈ। ਸੋ ਇਸ ਪ੍ਰਕਾਰ ਵੀ ਦਾ ਅਰਥ ਹੋ ਸਕਦਾ ਬਈ ਉਹ ਆਪੇ ਹੀ ਪੰਨ ਸਵਾਰਦਾ ਹੈ, ਪਰ ਸਾਰੀ ਹੀ ਸ੍ਰਿਸ਼ਟੀ ਨਾਨਕ ਨਾਮ ਸੁਹਾਵਣਿਆ, ਪਰਮੇਸ਼ੁਰ ਦੇ ਨਾਮ ਦੇ ਨਾਲ ਹੀ ਸੁਭਾਏਮਾਨ ਹੋ ਰਹੀ ਹੈ, ਔਰ ਸਾਰੇ ਹੀ ਗੁਣ ਜਿਹੜੇ ਹਨ ਪਰਮੇਸ਼ੁਰ ਦੇ ਹੁਕਮ ਵਿੱਚ ਚੱਲ ਰਹੇ ਹਨ, ਸ੍ਰਿਸ਼ਟੀ ਚੱਲ ਰਹੀ ਹੈ, ਮਨੁੱਖਤਾ ਚੱਲ ਰਹੀ ਹੈ। ਤੋ ਨਾਮ ਸਿਮਰਨ ਹੀ ਸਭ ਤੋਂ ਵੱਡੀ ਸ਼ਕਤੀ ਹੈ, ਜਿਹਦੇ ਨਾਲ ਮੁਕਤਾ ਦਾ ਲਗਾਤਾਰ ਨਿਰੰਤਰ ਵਿਕਾਸ ਹੋ ਰਿਹਾ ਹੈ, ਔਰ ਅਖੀਰ ਪਰਮੇਸ਼ੁਰ ਦੀ ਪ੍ਰਾਪਤੀ ਜੋ ਸਭ ਤੋਂ ਉੱਚਾ ਮਨੋਰਥ ਹੈ ਇਨਸਾਨ ਦਾ, ਉਸ 'ਤੇ ਵੀ ਪ੍ਰਾਪਤੀ ਪਰਮੇਸ਼ੁਰ ਦੇ ਸਿਮਰਨ ਦੁਆਰਾ ਹੀ ਹੁੰਦੀ ਹੈ। ਐਸੀ ਪਵਿੱਤਰ ਵਿਚਾਰ ਪਾਤਸ਼ਾਹ ਦਿੰਦੇ ਹਨ। ਭੁੱਲਾਂ ਚੁੱਕਾਂ ਖਿਮਾ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।